ਗਲਤ ਅਫਵਾਹਾਂ ਫੈਲਾਉਣ ਵਾਲੇ ਆਪਣੀ ਹੋਮਵੇਨ ਨੂੰ ਨਹੀਂ ਛੱਡ ਰਹੇ। ਲਿਸਟਰ ਸ਼ਹਿਰ ਵਿੱਚ ਵੀ ਬਹੁਤ ਪੋਲੀਟਿਕਸ ਚੱਲ ਰਹੀ ਹੈ। ਵਾਰ ਵਾਰ ਪਿੰਡ ਗੋਸਲਾਂ ਦੀ ਪੋਸਟ ਪਾਈ ਜਾ ਰਹੀ ਹੈ ਜੋ ਕਿ ਸਰਾਸਰ ਝੂਠੀ ਹੈ। ਇਸ ਬਾਰੇ ਪਿੰਡ ਗੋਸਲਾਂ ਦੀ ਪੰਚਾਇਤ ਵੱਲੋਂ ਇਹ ਪੋਸਟ ਪਾਈ ਗਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਬੀਬੀ ਦਾ ਟੈਸਟ ਵੀ ਕਰਵਾਇਆ ਗਿਆ ਜੋ ਕਿ ਬਿਲਕੁਲ ਠੀਕ ਠਾਕ ਨਿਕਲਿਆ ਅਤੇ ਪੰਚਾਇਤ ਦੁਆਰਾ ਉਹ ਵੀ ਦਿਖਾਇਆ ਗਿਆ ਹੈ। ਗਲਤ ਅਫਵਾਹ ਫੈਲਾਉਣ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਦਹਿਸ਼ਤ ਨਾ ਫੈਲਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਗੋਸਲਾ ਨਗਰ ਵਾਸੀ ਜੋ ਬੇਨਤੀ ਕਰਦੇ ਹਾਂ ਕਿ ਸਾਡੇ ਪਿੰਡ ਦੀ ਕਿਸੇ ਆਦਮੀ ਨੇ ਝੂਠੀ ਖਬਰ ਫੈਲਾ ਦਿੱਤੀ ਕਿ ਗੋਸਲਾਂ ਦੇ ਵਿੱਚ ਜੋ ਕਰੋਨਾ ਵਾਇਰਸ ਨਾਲ ਪੀੜਿਤ ਔਰਤ ਆ ਉਹ ਲੜਕੀ ਕਹਿ ਕੇ, ਉਹ ਲੜਕੀ ਨਹੀਂ ਸਗੋਂ 65 ਸਾਲ ਦੀ ਔਰਤ ਆ, ਜਿਸ ਜੋ ਵੀ ਕੁੜੀਆਂ ਸੰਤਾਂ ਦੀ ਕੁੜੀਆਂ ਵਿਖੇ ਚੱਲ ਰਹੇ ਮੇਲੇ ਵਿੱਚ ਡਿੱਗੀ ਆ, ਉਹ ਜਿਹੜੀ ਔਰਤ ਆ ਉਸਨੂੰ ਮਿਰਗੀ ਦਾ ਦੌਰਾ ਪੈਂਦਾ। ਸੋ ਉਸ ਵੀਰ ਨੂੰ ਵੀ ਬੇਨਤੀ ਆ ਕਿ ਇੱਦਾਂ ਦੀਆਂ ਝੂਠੀਆਂ ਅਫਵਾਹਾਂ ਨਾ ਫੈਲਾਵੇ। ਅਸੀਂ ਸਾਰੇ ਪਿੰਡ ਵਿੱਚ ਸਪਰੇਅ ਕਰ ਰਹੇ ਹਾਂ, ਸਾਰੇ ਹੀ ਪਿੰਡ ਵਿੱਚ ਸੈਨੀਟਾਈਜ਼ਰ ਵੰਡਿਆ ਜਾ ਰਿਹਾ, ਹਰੇਕ ਤਰ੍ਹਾਂ ਦੀ ਸਹੂਲਤ ਪਿੰਡ ਦੇ ਵਿੱਚ ਹੈ। ਸੋ ਉਸ ਵੀਰ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਇੱਦਾਂ ਦੀ ਝੂਠੀ ਅਫਵਾਹ ਨਾ ਫੈਲਾਵੇ। ਜੋ ਵੀ ਸਾਡੇ ਪਿੰਡ ਦੀ ਰਿਪੋਰਟ ਆ, ਉਸ ਲੇਡੀਜ਼ ਦੀ ਰਿਪੋਰਟ ਆ, ਉਹ ਨੈਗੇਟਿਵ ਆ। ਸੋ ਸਾਡੇ ਪਿੰਡ ਵਿੱਚ ਇੱਦਾਂ ਦੀ ਕੋਈ ਵੀ ਬਿਮਾਰੀ ਨਹੀਂ। ਅਸੀਂ ਹਰੇਕ ਪੱਖੋਂ ਪਿੰਡ ਦੇ ਨਗਰ ਨਿਵਾਸੀ ਪੰਚਾਇਤ ਪੱਖੋਂ ਸਾਰਿਆਂ ਪੱਖੋਂ ਸਪਰੇਅ ਅਤੇ ਹਰੇਕ ਤਰ੍ਹਾਂ ਦੇ ਇਲਾਜ ਲਈ ਹਰੇਕ ਦੀ ਮਦਦ ਲਈ ਤਿਆਰ ਹਾਂ।